ਅਗਲੀ ਖਬਰ ਮੋਗਾ ਤੋਂ ਜਿੱਥੇ ਦੇ ਪਿੰਡ ਸਿੰਘਾਵਾਲਾ ਵਿਖੇ ਟਰੱਕ ਅਤੇ ਉਸ ਦੇ ਪਿੱਛੇ ਆ ਰਹੀ ਤੂੜੀ ਦੇ ਨਾਲ ਭਰੀ ਟਰੈਕਟਰ ਟਰਾਲੀ ਦੀ ਟੱਕਰ ਹੋ ਜਾਣ ਦੇ ਕਾਰਨ ਜਿੱਥੇ ਟਰੱਕ ਸੜਕ ਵਿਚਾਲੇ ਹੀ ਪਲਟ ਗਿਆ ਉੱਥੇ ਹੀ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ਇੱਕ ਘਰ ਦੀ ਕੰਧ ਅਤੇ ਛੱਤ ਦਾ ਲੈਂਟਰ ਤੋੜ ਕੇ ਅੰਦਰ ਜਾ ਵੜੀ। ਬੇਸ਼ੱਕ ਹੀ ਇਸ ਹਾਦਸੇ ਦੇ ਨਾਲ ਘਰ ਦੇ ਕਿਸੇ ਪਰਿਵਾਰਕ ਮੈਂਬਰ ਦਾ ਕੋਈ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਕੋਈ ਜਾਨੀ ਨੁਕਸਾਨ ਹੋਇਆ ਏ, ਪਰ ਘਰ ਦੇ ਵਿੱਚ ਬਣੀ ਦੁਕਾਨ ਤੇ ਉਸਦੇ ਵਿੱਚ ਪਿਆ ਸਾਰਾ ਸਮਾਨ ਬੁਰੀ ਤਰ੍ਹਾਂ ਨੁਕਸਾਨਿਆ ਜਾ ਚੁੱਕਿਆ।